ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਮੋਂਗੇ ਤਾਂ ਤੁਹਾਡੇ ਵਾਸਤੇ ਰਾਜ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆਏ ਆ ਇੰਪੋਰਟੈਂਟ ਅਪਡੇਟ ਬਹੁਤ ਸਾਰੇ ਕੈਂਡੀਡੇਟਾਂ ਦੇ ਰਾਜੇ ਦੇਖੋ ਆਪਣਾ ਚੈਨਲ ਜਿਹੜਾ ਬਣਾਇਆ ਹੋਇਆਗਾ ਉਹ ਰਾਜ ਤਾਂ ਬਣਿਆ ਹੋਇਆ ਕਿ ਹਰੇਕ ਚੀਜ਼ ਦੀ ਸਹੀ ਅਪਡੇਟ ਦੇਣ ਵਾਸਤੇ ਕੋਈ ਵੀ ਕਿਸੇ ਕ੍ਰੈਡਿਟ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਦੀ ਵੀਡੀਓ ਬਣਾਉਣ ਵਾਸਤੇ ਤੇ ਹਮੇਸ਼ਾ ਹੀ ਪੇਪਰਾਂ ਦੀ ਵਧੀਆ ਢੰਗ ਨਾਲ ਤਿਆਰੀ ਕਰਵਾਉਣ ਵਾਸਤੇ ਠੀਕ ਹੈ ਜੀ ਉਕੇ ਜਿਕੇ ਪੇਪਰਾਂ ਦੀ ਵਧੀਆ ਤਿਆਰੀ ਕਰਵਾਉਣ ਵਾਸਤੇ ਹੋਰ ਜੇ ਬੱਚਿਆਂ ਨੂੰ ਪ੍ਰੋਬਲਮ ਕੀ ਆ ਰਹੀ ਹੈ ਉਹਦੇ ਬਾਰੇ ਡਿਸਕਸ਼ਨ ਕਰਦੇ ਆਂ ਪੰਜਾਬ ਪੁਲਿਸ ਭਰਤੀ ਐਗਜ਼ਾਮ ਡੇਟ ਦੀ ਅਪਡੇਟ ਬਾਰੇ ਗੱਲ ਕਰਦੇ ਆਂ ਪੰਜਾਬ ਦੇ ਸਾਰੇ ਪੇਪਰ ਸਹੀ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਕਿਸੇ ਤਰ੍ਹਾਂ ਦੇ ਵੀ ਕੈਂਡੀਡੇਟ ਨੂੰ ਸਮੱਸਿਆ ਦਾ ਸਾਹਮਣਾ ਕਿਸ ਤਰ੍ਹਾਂ ਇਸ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ ਕੈਂਡੀਡੇਟ ਠੀਕ ਹੈ ਜੀ ਬਹੁਤ ਸਾਰੇ ਕੈਂਡੀਡੇਟਾਂ ਦੇ ਫੋਨ ਕਰਕੇ ਇੱਕੋ ਸਵਾਲ ਪੁੱਛ ਰਹੇ ਹਨ ਕਿ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲਾਤ ਕਰਕੇ ਪੰਜਾਬ ਦੇ ਪੇਪਰ ਨੇ ਤਰੀਕ ਅੱਗੇ ਹੋ ਸਕਦੀ ਹੈ ਠੀਕ ਹੈ ਜੀ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹਿਣਾਗਾ ਹੁਣ ਰਾਜੇ ਸਭ ਤੋਂ ਮੇਨ ਪਰਪਸਰ ਹੈ ਜੇ ਮੈਨੂੰ ਘੱਟੋ ਘੱਟ ਇਹ ਸਮਝ ਲੁਗ ਗਈ ਮੈਨੂੰ 100 ਤੋਂ 150 ਫੋਨ ਬੱਚਿਆਂ ਦਾ ਆ ਚੁੱਕਿਆ ਹੈਗਾ ਠੀਕ ਹੈ ਜੀ 100 ਤੋਂ 150 ਫੋਨ ਬੱਚਿਆਂ ਦਾ ਆ ਚੁੱਕਿਆ ਹੈ ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿ ਟਾਈਮ ਬਿਜ਼ੀ ਟਾਈਮ ਦੇ ਵਿੱਚ ਵੀਡੀਓ ਬਣਾਉਣੀ ਪੈਂਦੀ ਹੈ ਕੱਢ ਕੇ ਕਿਉਂਕਿ ਤੁਹਾਡੇ ਬਾਸਤੀ ਚੈਨਲ ਹੈ ਜਿਵੇਂ ਤੁਹਾਨੂੰ ਕਿਹਾ ਹੁਣ ਬੱਚਿਆਂ ਦਾ ਤਾਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਇਹ ਹੈਗਾ ਕਿ ਤਾਂ ਸਾਡੇ ਪੇਪਰ ਹੋਣੇ ਸਬ ਇਨਸਪੈਕਟਰ ਦੇ ਪੇਪਰ ਚੱਲ ਰਹੇ ਹੈ ਠੀਕ ਹੈ ਜੀ ਕਿ ਜਿਹੜੇ ਸਬ ਇਨਸਪੈਕਟਰ ਦੇ ਪੇਪ ਕਿਉਂ ਪੋਸਟਪੋਨ ਕਹਿ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੋਣਾ ਰਿਹਾ ਜੀ ਪੰਜਾਬ ਦੇ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋਏ ਪਏ ਆ ਹੜ ਆਏ ਹੋਏ ਆ ਪਟਿਆਲਾ ਮੂਗਾ ਮੁਕਸਾ ਸਾਹਿਬ ਵਾਲੇ ਇੱਧਰ ਤੇ ਰਾਜਪੁਰਾ ਮਹਾਲੀ ਨੂੰ ਸਾਰਾ ਪਤਾ ਹੋਣਾ ਰਿਹਾ ਜੀ ਹਨ ਤੁਸੀਂ ਖਬਰਾਂ ਦੇਖ ਰਹੇ ਹੋ ਕਿ ਅੱਧਾ ਪੰਜਾਬ ਆਪਣਾ ਹੜਾਂ ਦੀ ਲਪੀਟ ਦੇ ਵਿੱਚ ਆ ਚੁੱਕਿਆ ਹੈ ਅਤੇ ਹਜੇ ਕਹਿ ਰਹੇ ਆ ਕਿ ਬਿਆਸ ਦਰਿਆ ਦੇ ਵੀ ਹਜੇ ਗੇਟ ਖੋਲਣ ਜਿਹਦੇ ਕਰਕੇ ਇੰਨੀ ਭਾਰੀ ਸਮੱਸਿਆ ਪੰਜਾਬ ਦੇ ਉੱਪਰ ਹਜੇ ਖਤਰਾ ਟਲਿਆ ਨਹੀਂ ਹੈਗਾ ਹਜੇ ਮੰਡਰਾ ਰਿਹਾ ਉਵੇਂ ਜਿਵੇਂ ਤਾਂ ਉਸੇ ਚੀਜ਼ ਨੂੰ ਲੈ ਕੇ ਰਾਜੇ ਬਹੁਤ ਸਾਰੇ ਬੱਚਿਆਂ ਦੇ ਮੈਨੂੰ ਮੈਸੇਜ ਕਾਲ ਆ ਰਹੇ ਨੇ ਕਿ ਜੀ ਐਸਆਈ ਦਾ ਪੇਪਰ ਪੋਸਟਪੌਂਡ ਹੋ ਸਕਦਾ ਕਿ ਨਹੀਂ ਹੋ ਸਕਦਾ ਦੇਖੋ ਰਾਜੇ ਪੇਪਰ ਪੋਸਟਪੌਂਡ ਕਰਨਾ ਚਾਹੀਦਾ ਸਰਕਾਰ ਦਾ ਫਰਜ ਹੈ ਪੇਪਰ ਪੋਸਟਪੌਂਡ ਕਰਨਾ ਕਿਉਂਕਿ ਰਾਜੇ ਇੰਨੇ ਏਰੀਆ ਦੇ ਵਿੱਚ ਜਿਹੜੇ ਦੇ ਵਿੱਚ ਮਤਲਬ ਇੰਨੇ ਹੜ੍ਹ ਆ ਚੁੱਕੇ ਆ ਬੁਰਾ ਹਾਲ ਹੋਇਆ ਪਿਆ ਉੱਥੇ ਤੁਸੀਂ ਇਹ ਸਮਝ ਲਓ ਕਿ ਬੱਚੇ ਨੇ ਜਿਹੜਾ ਕੁਝ ਪਹਿਲਾਂ ਵੀ ਯਾਦ ਕੀਤਾ ਹੋਣਾਗਾ ਉਹ ਵੀ ਉਹਦਾ ਰਹਿ ਗਿਆ ਹੋਣਾ ਜੇ ਆਪਾਂ ਆਪਦੇ ਦੇ ਮੰਨ ਕੇ ਚੱਲੀਏ ਰਾਜੇ ਉਹੀ ਹਾਲਾਤ ਹੈਣਾ ਜੇ ਆਪਾਂ ਪੰਜਾਬ ਦੇ ਲੋਕੀ ਨੇ ਪੰਜਾਬੀਆਂ ਨੇ ਖੜਾਗੇ ਤਾਂ ਹੋਰ ਕੌਣ ਖੜੂਗਾ ਤਾਂ ਡਿਪਾਰਟਮੈਂਟ ਦਾ ਰਾਜੇ ਹੱਕ ਬੰਦ ਹੈਗਾ ਕਿ ਪੇਪਰ ਘਟੋ ਘਟ ਜਿਵੇਂ ਟ੍ਰਿਪਲ ਐਸ ਬੋਰਡ ਨੇ ਪੇਪਰ ਲੈਣਾ ਸੀ 16 ਤਰੀਕ ਨੂੰ ਉਹ ਪੇਪਰ ਇਹਨਾਂ ਨੇ 6 ਤਰੀਕ ਦਾ ਕਰਤਾ 8ਵੇਂ ਮਹੀਨੇ ਦੀ ਦਾ ਠੀਕ ਹੈ ਜੀ ਤਾਂ ਕਿਤੇ ਨਾ ਕਿਤੇ ਜਾ ਕੇ ਰਾਜੇ ਪੰਜਾਬ ਪੁਲਿਸ ਵਾਲਿਆਂ ਦਾ ਵੀ ਸਬ ਇੰਸਪੈਕਟਰ ਦਾ ਵੀ ਫਰਜ ਬੰਦ ਹੈ ਇਹਨਾਂ ਦਾ ਕਿ ਚਾਹੇ ਕੌਨਸਟੇਬਲ ਦਾ ਪੇਪਰ ਥੋੜਾ ਮੋਟਾ ਹੋਰ ਲੇਟ ਕਰ ਦੇਣ ਇਹ ਠੀਕ ਹੈ ਜੀ ਕੌਨਸਟੇਬਲ ਦਾ ਪੇਪਰ ਥੋੜਾ ਮੋਟਾ ਹੋਰ ਲੇਟ ਕਰ ਦੇਣ ਪਰ ਜਿਹੜਾ ਪੰਜਾਬ ਪੁਲਿਸ ਦਾ ਪੇਪਰ ਹੈਗਾ ਜੇ ਇਹੇ ਲੇਟ ਹੁੰਦਾ ਰਾਜੇ ਸਬ ਇੰਸਪੈਕਟਰ ਦਾ ਹੈਨਾ ਕਿ ਸਬ ਇੰਸਪੈਕਟਰ ਦੇ ਪੇਪਰ ਪੋਸਟਪੌਂਡ ਹੁੰਦੇ ਆ ਉਹਦੇ ਨਾਲ ਕੀ ਹੋਊਗਾ ਉਹਨਾਂ ਜਿਹੜਾ ਕਨਸਟੇਬਲ ਦਾ ਪੇਪਰ ਹੋਣਾਗਾ ਉਹ ਵੀ ਘੱਟੋ ਘੱਟ 1 ਮਹੀਨਾ ਲੇਟ ਹੋ ਹੋ ਜਾਊਗਾ ਫਿਰ ਠੀਕ ਹੈ ਜੀ 1 ਮਹੀਨਾ ਲੇਟ ਹੋ ਹੋ ਜਾਊਗਾ ਹੁਣ ਰਾਜੇ ਡਿਪੈਂਡ ਕਰਦਾਗਾ ਡਿਪਾਰਟਮੈਂਟ ਤੇ ਹੁਣ ਰਾਜੇ ਦੇਖੋ ਜੇ ਤਾਂ ਕੋਈ ਇੰਡੀਡੇਟ ਚਾਹੁੰਦੇ ਆ ਕਿ ਪੇਪਰ ਪੋਸਟਪੌਂਡ ਹੋਵੇ ਠੀਕ ਹੈ ਕਿਉਂਕਿ ਮਹਾ ਹਾਲਤ ਬਹੁਤ ਖਰਾਬ ਹੋਏ ਪਿਆ ਪੰਜਾਬ ਦੇ ਹੈਨਾ ਫਿਰ ਤਾਂ ਰਾਜੇ ਦੇਖੋ ਆਪਣੇ 21 ਹੱਲ ਇਹਦੇ ਵਿੱਚ ਹੱਲ ਕੀ ਹੈਗਾ ਇਹਦਾ ਹੱਲ ਕੀ ਰਜੇ ਹਾਲੇ ਦੇ 21 ਹੈ ਕੀ ਤੁਸੀਂ ਇਹਨਾਂ ਨੂੰ ਮੇਲ ਕਰੋ ਡਿਪਾਰਟਮੈਂਟ ਆ ਜਿਹੜਾ ਪੀ ਟਰਪਲਸ ਬੋਰਡ ਦੁਆਰਾ ਹੀ ਫਾਰਮ ਵੈਬਸਾਈਟ ਖੋਲੀ ਗਈ ਸੀ ਹੈਨਾ ਪੀ ਟਰਪਲਸ ਦੁਆਰਾ ਹੀ ਇਹਨਾਂ ਨੂੰ ਬਾਅਦਰੋਂ ਬਾਅਦ ਮੇਲਸ ਕਰੋ ਠੀਕ ਹੈ ਜੀ ਤੇ ਜਿਹੜੀ ਪੰਜਾਬ ਪੁਲਸ ਦੀ ਵੈਬਸਾਈਟ ਹੈ ਉਹਦੇ ਵੀ ਕੀ ਜਿਹੜੇ ਇਹ ਪੇਪਰ ਹੈਗਾ ਪਲੀਜ਼ ਇਹ ਪੇਪਰ ਪੋਸਟਪੌਨ ਕੀਤਾ ਜਾਵੇ ਠੀਕ ਹੈ ਜੇ ਕੋਈ ਕੈਂਡੀਡੇਟ ਰਾਜੇ ਚਾਹੁੰਦੇ ਆ ਦੇਖੋ ਮੇਰੇ ਦੇਖੋ ਮੇਰੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਨਾ ਤਾਂ ਮੈਂ ਵੀਡੀਓ ਨਾ ਵੀਡੀਓ ਕਹ ਲਾ ਕਿ ਮੈਂ ਨਾ ਤਾਂ ਮੇਰਾ ਜੇ ਪੇਪਰ ਦੇਣਾ ਹੈ ਠੀਕ ਹੈ ਨਾ ਮੈਨੂੰ ਕੋਈ ਹੋਰ ਕੋਈ ਦੇ ਤੱਕ ਚੱਕਰ ਆ ਕਿ ਮੈਨੂੰ ਕੋਈ ਵਿਊਆਂ ਦਾ ਚੱਕਰ ਹੋ ਏਦਾਂ ਵਿਊ ਤਾਂ ਰੱਬ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਦੇ ਨਾਲ ਬਹੁਤ ਆਈ ਜਾਂਦੇ ਹੈ ਹਨਾ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਅਜੇ ਮੇਰਾ ਦੇਖੋ ਜਮੀਰ ਹੈ ਜਿਹੜਾ ਆਪਣਾ ਵਾਗਿਆ ਨਹੀਂ ਦਿੰਦਾ ਠੀਕ ਹੈ ਕਿ ਇੱਕ ਪਾਸੇ ਬੰਦਾ ਮੁਸੀਬਤ ਦੇ ਵਿੱਚ ਫਸਿਆ ਹੋਵੇ ਦੂਜੇ ਪਾਸੇ ਆਪਾਂ ਉਹ ਗੱਲ ਕਰੀਏ ਹੈਨਾ ਤਾਂ ਤੁਸੀਂ ਆਪ ਦੱਸੋ ਕਿ ਇਹ ਪੇਪਰ ਪੋਸਟਪੌਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ राजे ਹਾਲਾਤ ਬਹੁਤ ਖਰਾਬ ਹੋਏ ਪਏ ਤੇ ਬੱਚੇ ਵੀ ਮੈਨੂੰ ਬਹੁਤ ਫੋਨ ਕਰੀ ਜਾਂਦੇ ਕਿ ਸਰ ਸਾਡਾ ਆਹ ਹਾਲਾਤ ਹੋਏ ਪਿਆ ਕਿ ਬਹੁਤ ਬੁਰਾ ਹਾਲ ਹੈ ਕਿ ਪਲੀਜ਼ ਸਾਡੀ ਹੈਲਪ ਕਰੋ ਹਨਾ ਹੁਣ ਆ ਜੀ ਦੇਖੋ ਮੈਂ ਵੀ ਤੁਹਾਡੇ ਵਰਗਾ ਆਂਗਾ ਠੀਕ ਹੈ ਬਸ ਇੰਨਾਗਾ ਕਿ ਤੁਹਾ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਤੁਹਾਡੀ ਮੈਂ ਹੈਲਪ ਕਰ ਸਕਦਾਗਾ ਹੈਲਪ ਇਹ ਕਿ ਕੈਂਡੀਡੇਟ ਵਾਦ ਤੋਂ ਵਾਦ ਮੇਲ ਕਰੋ ਡਿਪਾਰਟਮੈਂਟ ਨੂੰ ਠੀਕ ਹੈ ਜੀ ਕਿ ਪੇਪਰ ਥੋੜਾ ਜਿਆ ਅੱਗੇ ਪੋਸਟਪੋਨ ਕਰ ਦਿੱਤਾ ਜਾਵੇ ਜੇਕਰ राजे ਕੈਂਡੀਡੇਟ ਚਾਹੁੰਦੇ ਆ ਕਿ ਭਾਈ ਪੋਸਟਪੋਨ ਹੋਣਾ ਚਾਹੀਦਾਗਾ ਕੈਂਡੀਡੇਟ ਰਾਜੇ ਬਾਦ ਤੋਂ ਬਾਦ ਕਮੈਂਟਾਂ ਦੇ ਵਿੱਚ ਜਿੰਨੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਮੈਨੂੰ ਬਾਦ ਤੋਂ ਬਾਦ ਠੀਕ ਹੈ ਜੀ ਕਰੋ ਮੈਂ ਉਹਦੀ ਵੀ ਰਾਜੇ ਮੇਲ ਗਾਹਾਂ ਪਾਉਂਗਾ ਉਹੇ ਸਕਰੀਨਸ਼ਾਟ ਪਾ ਕੇ ਠੀਕ ਹੈ ਕਿ ਤੁਹਾਡਾ ਕਿਤੇ ਨਾ ਕਿਤੇ ਜਾ ਕੇ ਕੋਈ ਫਾਇਦਾ ਹੋਵੇ ਜੇ ਕੈਂਡੀਡੇਟ ਚਾਹੁੰਦੇ ਆ ਹੁਣ ਉਹ ਤੁਹਾਡੇ ਦੇ ਡਿਪੈਂਡ ਕਰਦਾ ਰਾਜੇ ਦੇਖੋ ਮੇਰਾ ਮੇਰੀ ਵੀਡੀਓ ਤਾਂ ਤੁਹਾਡੇ ਮਾਧਿਅਮ ਤੱਕ ਜਾਣੀ ਹੈ ਤੁਹਾਡੇ ਕੋਲੇ ਜਾਣੀ ਹੈ ਮੇਰੀ ਵੀਡੀਓ ਹਨਾ ਜੇ ਤੁਸੀਂ ਰਾਜੇ ਸਪੋਰਟ ਕਰੋਗੇ ਤੁਹਾਡੇ ਨਾਲ ਮੈਂ ਅੱਗੇ ਤੁਹਾਡੀ ਸਪੋਰਟ ਕਰ ਦੂੰਗਾ ਠੀਕ ਹੈ ਤੇ ਜਰੂਰ ਰਾਜੇ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਬਾਕੀ ਵੀਡੀਓ ਨੂੰ ਬਾਅਦ ਵਿੱਚ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਰਹੀ ਆ ਆਪਣੇ ਜਨਨ ਸਬਸਕ੍ਰਾਈਬ ਕਰ ਲਿਓ ਕਿਉਂਕਿ ਹਰ ਤਾਂ ਨਵੀਂ ਅਪਡੇਟ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੂਗੀ ਠੀਕ ਹੈ ਜੀ ਚਲੋ ਰਾਜੇ ਇਹ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਧੰਨਵਾਦ